हुण गल करांगे आम आदमी पार्टी दी। आम आदमी पार्टी दी 10वीं उम्मीदवार दी लिस्ट जारी कर दित्ती है। तां दस्सदे कि पटियाला शहरी तो अजीत पाल सिंह कोहली नूं टिकट दित्ती गई है। उत्थे ही फगवाड़ा तो जोगिंदर मान नूं उम्मीदवार बनाया गया है। लुधियाना पछमी तो गुरप्रीत सिंह गोगी नूं टिकट दित्ती गई है। दिलचस्प गल यह है कि अजीत पाल सिंह कोहली ते जोगिंदर मान शनिवार नूं ही आम आदमी पार्टी च शामिल होए सन। तां दस्सदे कि जोगिंदर मान ने कुछ दिन पहला ही कांग्रेस छड्ड के आम आदमी पार्टी ज्वाइन कीती सी ते कांग्रेस दे साबका मिनिस्टर भी रह चुके ने ते उन्हां नूं टिकट दित्ती गई है। अजीत पाल सिंह कोहली पटियाला तो मेयर रह चुके ने ते आम आदमी पार्टी ने पटियाला शहरी तो उन्हां नूं उम्मीदवार ऐलानिया है। इस बार मजीठा दी चुनावी जंग होर दिलचस्प होवेगी क्योंकि इस बार तीन मजीठिया विचाले मुकाबला होवेगा। बिक्रम मजीठिया दा मुकाबला इस बार सके भरावां लाली मजीठिया ते जग्गा मजीठिया नाल है ते दोवें भरा भी एक दूजे दे खिलाफ इको सीट ते चोणां लड़ रहे ने। ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ। ਸਾਰੀਆਂ ਪਾਰਟੀਆਂ ਉਮੀਦਵਾਰਾਂ ਨੂੰ ਐਲਾਨ ਰਹੀਆਂ ਨੇ। ਪਾਰਟੀਆਂ ਦੇ ਵੱਲੋਂ ਸਿਆਸੀ ਜੋੜ ਤੋੜ ਵੀ ਲਾਏ ਜਾ ਰਹੇ ਨੇ। ਸਿਆਸਤ ਵੀ ਖੂਬ ਗਰਮਾਈ ਹੋਈ ਹੈ। ਐਸੇ ਦੇ ਵਿਚਾਲੇ ਗੱਲ ਕਰਦੇ ਹਾਂ ਮਜੀਠਾ ਹਲਕੇ ਦੀ, ਜਿੱਥੇ ਇਸ ਵਾਰ ਮਜੀਠੀਆ ਵਰਸਿਸ ਮਜੀਠੀਆ ਵਰਸਿਸ ਮਜੀਠੀਆ। ਇੱਕ ਪਾਸੇ ਅਕਾਲੀ ਦਲ ਤੋਂ ਬਿਕਰਮ ਮਜੀਠੀਆ ਚੋਣਾਂ ਲੜ ਰਹੇ ਨੇ ਤਾਂ ਦੂਜੇ ਪਾਸੇ ਕਾਂਗਰਸ ਤੇ ਆਪ ਦੇ ਉਮੀਦਵਾਰ ਦੋ ਸਕੇ ਭਰਾ ਨੇ। ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਲਾਲੀ ਮਜੀਠੀਆ ਆਪ ਤੋਂ ਉਮੀਦਵਾਰ ਨੇ ਤਾਂ ਜੱਗਾ ਮਜੀਠੀਆ ਨੂੰ ਕਾਂਗਰਸ ਤੋਂ ਟਿਕਟ ਮਿਲੀ ਹੈ। ਜੱਗਾ ਮਜੀਠੀਆ ਨੇ ਕਿਹਾ ਕਿ ਇਸ ਵਾਰ ਮਜੀਠਾ ਹਲਕੇ 'ਚ ਤੱਥਾਂ ਦੇ ਆਧਾਰ ਤੇ ਚੋਣ ਹੋਵੇਗੀ। ਪਾਰਟੀ ਵੱਲੋਂ ਲਾਲੀ ਦੀ ਟਿਕਟ ਕੱਟਣ ਦੀ ਗੱਲ ਤੋਂ ਬਾਅਦ ਹੀ ਲਾਲੀ ਨੇ ਕਾਂਗਰਸ ਨੂੰ ਛੱਡ ਦਿੱਤਾ। ਜਦੋਂ ਮੇਰੇ ਵੱਡੇ ਬ੍ਰਦਰ ਉਹ ਸਰਵਿਸ ਕਰਦੇ ਸੀ ਲਾਲੀ ਮਜੀਠੀਆ ਜੀ, ਪਰ ਗਰਾਊਂਡ ਲੈਵਲ 'ਤੇ ਜਿਹੜਾ ਕੰਮ ਜਾਂ ਮਿਲਤ ਗਿਲਤ ਸੀ ਜਿਹੜੀ ਆਮ ਪਬਲਿਕ ਨਾਲ ਵੋਟਰਾਂ ਸਪੋਟਰਾਂ ਨਾਲ, ਉਹ ਮੇਰੀ ਸੀ। ਹਰ ਦੁੱਖ ਸੁੱਖ 'ਚ ਭਾਈ ਵੱਲ ਮੈਂ ਜਾਂਦਾ ਸਾਂ ਅਤੇ ਉਹ ਸਿਰਫ ਸਾਡੇ ਘਰ ਦਾ ਫੈਸਲਾ ਵੀ ਵੱਡੇ ਵੀਰ ਜੀ ਨੂੰ ਇਲੈਕਸ਼ਨ ਲੜਾਉਣੀ ਆ। ਤਿੰਨ ਇਲੈਕਸ਼ਨਾਂ ਉਹਨਾਂ ਲੜਾ ਚੁੱਕੇ ਹਾਂ, ਉਹਨਾਂ ਨੇ ਕਿਸੇ ਨਾਲ ਮਿਲਤ ਗਿਲਤ ਨਹੀਂ ਰੱਖੀ। ਹੁਣ ਵੀ 4 ਸਾਲ ਉਹਨਾਂ ਦਾ ਗੇਟ ਬੰਦ ਰਿਹਾ, ਅਸੀਂ ਕਿਹਾ ਵੀ ਤੁਸੀਂ ਗੇਟ ਨਾ ਬੰਦ ਕਰੋ, ਪਰ ਉਹਨਾਂ ਦੇ ਜਦੋਂ ਇਹ ਗੱਲ ਕੀਤੀ ਅਤੇ ਫਿਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ। ਉਧਰ ਜੱਗਾ ਮਜੀਠੀਆ ਨੂੰ ਟਿਕਟ ਮਿਲਦਿਆਂ ਹੀ ਭਗਵੰਤ ਪਾਲ ਸੱਚਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਭਗਵੰਤ ਪਾਲ ਸੱਚਰ ਨੇ ਕਿਹਾ ਕਿ ਪਾਰਟੀ ਦੀ ਨੀਤੀ ਤੋਂ ਤੰਗ ਆ ਕੇ ਭਾਜਪਾ 'ਚ ਸ਼ਾਮਿਲ ਹੋਏ ਨੇ। ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਤੇ ਭਾਰਤੀ ਜਨਤਾ ਪਾਰਟੀ 'ਚ ਅੱਜ ਸ਼ਾਮਿਲ ਹੋ ਰਿਹਾ। ਉਹਦਾ ਮੇਨ ਕਾਰਨ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਵੇਖ ਰਿਹਾ, ਜਦੋਂ ਦੀਆਂ ਟਿਕਟਾਂ ਦੀ ਵੰਡ ਚੱਲ ਰਹੀ ਸੀ ਇਹਦੇ ਵਿੱਚ ਧੜੇਬੰਦੀ ਬਹੁਤ ਉੱਭਰ ਕੇ ਸਾਹਮਣੇ ਆ ਰਹੀ ਸੀ, ਕਿਉਂਕਿ ਪਾਰਟੀ ਵੱਲੋਂ, ਹਾਈਕਮਾਂਡ ਵੱਲੋਂ, ਸਰਕਾਰ ਵੱਲੋਂ ਵੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਸਰਵੇ ਕਰਵਾਏ ਗਏ ਔਰ ਮੈਂ ਸਮਝਣਾ ਵੀ ਸਭ ਤੋਂ ਵੱਧ ਸਰਵੇ ਮੇਰੇ ਹੋਏ ਸਨ, ਕਿਉਂਕਿ ਮੈਂ ਲੰਬੇ ਸਮੇਂ ਤੋਂ ਗ੍ਰਾਸ ਰੂਟ 'ਤੇ ਲੋਕਾਂ ਨਾਲ ਜੁੜਿਆ ਹੋਇਆ ਸੀ। ਮਾਝੇ ਦੀ ਸਿਆਸਤ ਦਿਨ ਬਾ ਦਿਨ ਗੁੰਝਲਦਾਰ ਹੁੰਦੀ ਜਾ ਰਹੀ ਹੈ। ਮਜੀਠਾ ਹਲਕੇ ਤੋਂ ਕਾਂਗਰਸ ਦੇ ਦੋ ਵੱਡੇ ਚਿਹਰੇ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਨੇ। ਉਧਰ ਦੋ ਭਰਾ ਆਹਮੋ ਸਾਹਮਣੇ ਵੀ ਨੇ। ਇਸ ਵਾਰ ਮਾਮਲਾ ਚੌਤਰਫਾ ਨਜ਼ਰ ਆ ਰਿਹਾ। 10 ਮਾਰਚ ਨੂੰ ਫੈਸਲਾ ਹੋਵੇਗਾ ਕਿ ਮਜੀਠਾ ਦੀ ਆਵਾਮ ਕਿਸ ਨੂੰ ਚੁਣਦੀ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18।